ਮੌਜੂਦਾ ਕੁਰਾਲੀ ਸਦਰ ਥਾਣੇ ਦੇ ਵਿੱਚ ਜਿੱਥੇ ਕਿ ਐਸਐਸਪੀ ਮੋਹਾਲੀ ਨਵਜੋਤ ਸਿੰਘ ਉਹਨਾਂ ਦੇ ਕਹਿਣ ਦੇ ਅਨੁਸਾਰ ਜੋ ਹੈ ਡਿਪਟੀ ਬਿਕਰਮਜੀਤ ਸਿੰਘ ਬਰਾੜ ਵੱਲੋਂ ਇੱਕ ਇੱਥੇ ਕੈਂਪ ਲਗਾਇਆ ਗਿਆ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣੀਆਂ ਜਾ ਰਹੀਆਂ ਨੇ। ਪਿਛਲੇ 1 ਸਾਲ ਤੋਂ ਜੋ ਕੰਪਲੇਂਟ ਪੈਂਡਿੰਗ ਪਈਆਂ ਨੇ ਅੱਜ ਉਹ ਸਾਰੀਆਂ ਸੁਣੀਆਂ ਜਾ ਰਹੀਆਂ। ਇਹ ਐਸਐਸਪੀ ਸਾਹਿਬ ਮੋਹਾਲੀ ਸ਼੍ਰੀ ਨਵਜੋਤ ਸਿੰਘ ਮਾਲ ਸਾਹਿਬ ਇਹ ਉਹਨਾਂ ਦੇ ਹੁਕਮਾਂ ਦੇ ਤਹਿਤ ਇਹ ਅੱਜ ਦਰਖਾਸਤਾਂ ਦੇ ਨਿਪਟਾਰੇ ਲਈ ਕੈਂਪ ਲਾਇਆ ਗਿਆ। ਇਹ ਮਾਜਰੀ ਸਿਟੀ ਕੁਰਾਲੀ ਮੁੱਲਾਪੁਰ ਸਾਰਿਆਂ ਦੇ ਜਿਹੜੇ ਕੰਪਲੇਂਟਸ ਪੈਂਡਿੰਗ ਕੰਪਲੇਂਟ ਸੀ ਉਹਨਾਂ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਤੇ ਉਹਨਾਂ ਦਾ ਅੱਜ ਹੀ ਨਿਪਟਾਰਾ ਕੀਤਾ ਜਾਊਗਾ। ਜੇ ਕੋਈ ਕੇਸ ਰਜਿਸਟਰ ਕਰਨਾ ਬਣਦਾ ਕੇਸ ਰਜਿਸਟਰ ਕਰਿਆ ਜਾਊਗਾ, ਜੇ ਕੋਈ ਫਾਈਲ ਕਰਨਾ ਬਣਦਾ ਫਾਈਲ। ਇਹ ਦੌਰਾਨੇ ਸਾਲ ਦੀ ਜਿਹੜੇ ਵਿਦਨ 1 ਈਅਰ ਕਈ 2 ਮਹੀਨੇ ਹੋ ਗਏ ਕਿ 3 ਮਹੀਨੇ ਜਿੰਨੀਆਂ ਵੀ ਕੰਪਲੇਂਟਸ ਨੇ ਪੈਂਡਿੰਗ ਉਹ ਸਾਰਿਆਂ ਦਾ ਵੱਧ ਤੋਂ ਵੱਧ ਨਿਪਟਾਰਾ ਕੀਤਾ ਜਾਊਗਾ। ਕੋਈ ਕੰਪਰੋਮਾਈਜ਼ ਮੈਟਰ ਹੈ ਉਹਨੂੰ ਕੰਪਰੋਮਾਈਜ਼ ਕਰਾਏ। ਸਾਡੇ ਕੋਲ 100 ਦੇ ਕਰੀਬ ਅੱਜ ਅਸੀਂ ਬੁਲਾਏ ਹੋਏ ਨੇ ਤੇ ਹੁਣ ਤੱਕ 40 ਤੋਂ 50 ਹੋ ਗਏ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਆਫਟਰਨੂਨ ਤੱਕ 100 ਤੋਂ ਵੱਧ ਹੀ ਨਿਪਟਾਰਾ ਕਰਾਏ। ਨਹੀਂ, ਸਾਡੇ ਪ੍ਰੀਵੈਂਟਿਵ ਮੈਜਰ PCR ਸਭ ਹੈਗੇ ਨੇ। ਪਿਛਲੇ ਸਮੇਂ ਕੋਈ ਚੋਰੀ ਸਿੰਘ ਜਿਵੇਂ ਥਾਣੇ ਦਾ ਆਇਆ ਉਹ ਰੋਪੜ ਡਿਸਟ੍ਰਿਕਟ 'ਚ ਪੈਂਦਾ, ਸਾਡੇ 1 ਹੋਈ ਸੀ ਚੋਰੀ ਤੇ ਉਹ ਜਲਦੀ ਟਰੇਸ ਕੀਤੀ ਜਾਊਗੀ ਸਾਰਿਆਂ ਨੂੰ ਮਿਲ ਕੇ ਉਹਦਾ ਹੱਲ। ਸ਼ਰਾਰਤੀ ਤੱਤਵ ਲਈ ਇਹੀ ਵਾਰਨਿੰਗ ਆ ਵੀ ਆਪਦਾ ਬਿਲਕੁਲ ਕਾਨੂੰਨ ਨੂੰ ਹੱਥ 'ਚ ਨਾ ਲੈਣ। ਜੇ ਕੋਈ ਇਹੋ ਜਿਹੀ ਕਿਸੇ ਆਊ ਬਿਲਕੁਲ ਸਾਡੇ SHO ਸਾਹਿਬ ਹਨ ਸਾਰੇ ਔਨ ਟੂਲਸ ਆ, ਅਸੀਂ ਬਿਲਕੁਲ FIR ਰਜਿਸਟਰ ਕਰਕੇ ਕਾਨੂੰਨ ਮੁਤਾਬਕ ਕਾਰਵਾਈ। ਕਦੇ ਵੀ ਜੀ ਮੇਰੇ ਨੰਬਰ, SHO ਦੇ ਨੰਬਰ, ਸਾਡੇ ਕੰਟਰੋਲ ਰੂਮ ਦੇ ਨੰਬਰ ਸਾਰਿਆਂ ਦੇ ਔਨਲਾਈਨ ਨੇ। ਸਾਡੇ SSP ਸਾਹਿਬ ਵੱਲੋਂ ਬਾਰ ਬਾਰ ਹਦਾਇਤਾਂ ਨੇ, ਉਹਨਾਂ ਨੂੰ ਵੀ ਕੋਈ ਵੀ ਫੋਨ ਕਰਦਾ ਅਸੀਂ ਚੱਕਦੇ ਹਾਂ, ਮੈਨੂੰ ਵੀ ਕੋਈ ਕਰਦਾ ਚੱਕਦਾ, ਕਦੇ ਮਰਜ਼ੀ ਸਾਨੂੰ ਸੰਪਰਕ ਕਰ। ਮੋਨਿਕਾ ਜੀ, ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮੁੱਲਾਪੁਰ ਗਰੀਬਦਾਸ। ਤੁਸੀਂ ਅੱਜ ਕੁਰਾਲੀ ਸਦਰ ਥਾਣੇ ਚ ਆਏ ਹੋ, ਕਿਸ ਤਰ੍ਹਾਂ ਕਰਾਏ? ਸੋਹਰਾ ਪਰਿਵਾਰ ਤੰਗ ਕਰਦੇ ਆ, ਉਹਨਾਂ ਖਾਤਰ ਆਏ ਆ ਜੀ ਦਾਜ ਲਈ। ਜਿਹੜੇ DSP ਸਾਹਿਬ ਨੇ ਸ਼ਿਕਾਇਤ ਸੁਣੀ ਹੈ ਤੇ ਕੀ ਕਰਵਾਈ ਕੀਤੀ ਹੈ? ਸਾਡਾ ਨਵੇੜਾ ਹੋ ਰਿਹਾ ਹੈ ਜੀ। ਤੁਸੀਂ ਖੁਸ਼ ਹੋ ਜੀ ਜਿਹੜਾ ਦਰਵਾਜ਼ਾ ਲੱਗਿਆ? ਹਾਂਜੀ, ਮੈਂ ਰਾਜਕੁਮਾਰ ਹੈ ਜੀ, ਪਿੰਡ ਸਿਆਲਵਾ ਤੋਂ ਮੈਂ ਨੰਬਰਦਾਰ ਹਾਂ ਜੀ। ਤੁਸੀਂ ਸਦਰ ਥਾਣੇ ਪਹੁੰਚ ਕੇ ਕਿਸ ਤਰ੍ਹਾਂ ਪਹੁੰਚੇ? ਸਰ, ਸਾਡੇ ਪਿੰਡ ਦੀ ਕੁਝ ਕੰਪਲੇਂਟਸ ਸੀ, ਉਸ ਮੈਟਰ 'ਚ ਸਾਨੂੰ ਡਿਪਟੀ ਸਾਹਿਬ ਨੇ ਇੱਥੇ ਬੁਲਾਇਆ ਸੀਗਾ ਤੇ ਅਸੀਂ ਆਏ। ਡਿਪਟੀ ਸਾਹਿਬ ਨੇ ਸਾਡੀ ਬਹੁਤ ਚੰਗੇ ਤਰੀਕੇ ਨਾਲ ਮਤਲਬ ਸੁਣਿਆ ਸਾਡਾ ਮੈਟਰ ਤੇ ਇਸ ਦਾ ਨਿਪਟਾਰਾ ਵੀ ਕੀਤਾ। ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ, ਲੋਕ ਪੁਲਿਸ ਨੂੰ, ਜਿਹੜੇ ਕਈ ਲੋਕ ਅਪਸ਼ਬਦੀ ਬੋਲਦੇ ਨੇ ਤੇ ਡਰਦੇ ਵੀ ਨੇ ਥਾਣੇ ਚਾਹਣ ਨੂੰ, ਤੁਸੀਂ ਜਿਹੜਾ ਇੱਕ ਬਰਾਬਰ ਦਿੱਤੇ ਪੁੱਛੇ ਹੋ, ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਜੀ, ਬਹੁਤ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਚੰਗੇ ਤਰੀਕੇ ਨਾਲ ਸੁਣਦੀ ਹੈ ਜੀ, ਸੁਣਵਾਈ ਕਰ ਰਹੀ ਹੈ ਜੀ, ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈ ਕਿ ਨਹੀਂ ਪੁਲਿਸ ਸੁਣਦੀ। ਗੁਰਵਿੰਦਰ ਕੌਰ ਹੈ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਦਸਾਰਨਾ ਪਿੰਡ। ਤੁਸੀਂ ਅੱਜ ਸਦਰ ਥਾਣੇ ਚ ਪਹੁੰਚੇ ਹੋ, ਕਿਸ ਖਾਤਰ ਪਹੁੰਚੇ ਹੋ? ਇਹ ਮੇਰੇ ਸੱਸ ਸਹੁਰਾ ਜੀ ਮੈਨੂੰ ਆਪਣੇ ਸਹੁਰੇ ਘਰ ਰਹਿਣ ਨਹੀਂ ਦਿੰਦੇ ਜੀ, ਮੇਰਾ ਹਸਬੰਡ ਆਰਮੀ ਵਿੱਚ ਹੈ ਜੀ ਤੇ ਨਾ ਹੀ ਮੇਰੀ ਗੱਲ ਕਰਵਾ ਰਹੇ ਜੀ, ਨਾ ਹੀ ਮੇਰੇ ਕੋਲ ਫੋਨ ਹੈ ਜੀ। ਤੁਹਾਨੂੰ ਲੱਗਦਾ ਵੀ ਤੁਹਾਨੂੰ ਇੱਥੇ ਕੋਈ ਸਾਥ ਮਿਲ ਜਾਏਗਾ ਜੇ ਤੁਸੀਂ ਸਾਹਮਣੇ ਬੁਲਾਇਆ? ਹਾਂਜੀ ਮਿਲੂਗਾ ਜੀ। ਤੁਸੀਂ ਆਪਣੇ ਸਹੁਰਾ ਪਰਿਵਾਰ ਦੇ ਤੇ ਆਪਣੇ ਘਰ ਦੇ ਨਾਲ ਹੀ ਰਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ।